ਇਹਨੇ ਵੀ ਛਾਲ ਮਾਰੀ, ਮੇਰਾ ਜੇਠ ਉਹਦੇ ਵੱਡਾ ਪੂਰੇ ਹੋ ਗਏ ਨੇ, ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ, ਹਾਂ ਉਹ ਵੀ ਏਡਾ ਹੀ ਹੈ, ਮੇਰਾ ਪੋਤਰਾ ਇੱਥੇ ਕਿਤੇ ਹੋਵੇ ਦਾ, ਉਹ ਵੀ ਡੁੱਬ ਗਿਆ, ਉਹ ਵੀ ਡੁੱਬ ਗਿਆ। ਫਿਰ ਅਸੀਂ ਉਹਨੂੰ ਵੀ ਆਖਿਆ ਵੀ ਇਹਨੂੰ ਬਚਾ ਦੇ ਬਚਾ ਦੇ, ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕੱਦ ਤੇ ਹੁੰਦਾ, ਉਹ ਵਿੱਚ ਵੜਿਆ, ਉਹ ਵੀ ਥੱਲੇ ਆਉਂਦਾ ਮੇਰੇ ਪੈਰ ਨਹੀਂ ਲੱਗ ਰਹੇ। ਮੇਰਾ ਬੇਟਾ ਇੱਥੇ ਗਈ ਹੈ, ਮੇਰਾ ਬੱਚਾ ਡੁੱਬ ਗਿਆ, ਮੇਰਾ ਬੱਚਾ ਗਰੀਚਾ, ਕਿਸੇ ਹੋਰ ਦਾ ਬੱਚਾ ਨਾ ਗਰੀਚੋ, ਫਿਰ ਛੱਪੜ ਸਾਹਿਬ ਤੋਂ ਕਿੱਦਾਂ ਜਾਣਾ ਬੇਟਾ ਜੀ, ਮੇਰਾ ਬੱਚਾ ਬੜਾ ਤੜਫਦਾ ਰਿਹਾ ਜੀ, ਮੇਰਾ ਨਿੱਕਾ ਅੱਧਾ ਹਾਲ ਸੋਨਾ ਚਾਹੀਦਾ, ਮੇਰਾ ਪੋਤਰਾ ਸੀ ਦਾ, ਹਾਂ ਚੱਪੜ ਖੁੱਲਾ, ਇੱਥੇ ਚੱਪੜ ਨਹੀਂ ਮਨਾ, ਸਾਡੇ ਨਾਲ ਹੋਈ ਬੱਚਾ ਹੋਰ ਨਾਲ ਵੀ ਹੋਵੇ ਦੀ, ਅਸੀਂ ਇੱਥੇ ਚੱਪੜ ਨਹੀਂ ਰਹਿਣ ਦੇਣਾ, ਮੇਰਾ ਪੋਤਰਾ ਸੀ ਦਾ, ਮੇਰਾ ਪੁੱਤਰ ਰੋਂਦਾ, ਮੇਰੀ ਨਾਂ ਰੋਂਦੀ ਗੀ, ਹਾਂ ਅਸੀਂ ਕਿਉਂ ਇੱਥੇ ਚੱਪੜ ਦਾ, ਸਾਡੇ ਬੂਹੇ ਅੱਗੇ ਸੱਲ ਹੋ ਗਿਆ, ਸਾਨੂੰ ਦੁੱਖ ਬੜਾ ਹੋ ਗਿਆ ਚੱਪੜ ਦਾ, ਹਾਂ ਇਹ ਪਿੰਡ ਦੀ ਪੰਚਾਇਤ ਦੇ ਵਿੱਚ ਚੱਪੜ ਜਾਣਾ ਚਾਹੀਦਾ, ਹਾਂ ਖੇਡਦੇ ਖੇਡਦੇ ਡਿੱਗੇ ਨੇ, ਬੱਚੇ ਖੇਡਦੇ ਸੀ ਦੇ, ਬੱਚੇ ਖੇਡਣ ਲਈ ਥਾਂ ਨਹੀਂ ਹੈਗੀ, ਗਲੀ ਵਿੱਚ ਮਿੱਟੀ ਦੇ ਢੇਰ ਲੱਗੇ ਪਏ ਨੇ, ਬੱਚੇ ਕਿੱਥੇ ਖੇਡਣ, ਹਾਂ ਖੇਡਦਾ ਖੇਡਦਾ ਫਿਸਲ ਗਿਆ ਬੱਚਾ। ਇਹ ਜੀ ਆਪਣਾ ਛੱਪੜ ਬਿਲਕੁਲ ਘਰ ਦੇ ਬਿਲਕੁਲ ਸਾਹਮਣੇ ਆ ਜੀ, ਇਹ ਓਪਨ ਪਿਆ ਹੋਇਆ ਜੀ, ਇਹਦੇ ਵਿੱਚ 10 ਸਾਲ ਦਾ ਬੱਚਾ ਮੇਰਾ ਭਤੀਜਾ ਹੈ ਜਿਹੜਾ ਵਿੱਚ ਡਿੱਗ ਕੇ ਉਹਦੀ ਡੈਥ ਹੋ ਚੁੱਕੀ ਹੈ ਜੀ, ਅਤੇ ਇਹਦਾ ਮਤਲਬ ਦੇਖੋ ਸਾਰੇ ਪਾਸੋਂ ਓਪਨ ਆ ਜੀ, ਇਹਦਾ ਸਾਨੂੰ ਇਨਸਾਫ ਚਾਹੀਦਾ, ਇਹ ਗਾਂ ਤੋਂ ਵੀ ਕੋਈ ਨੁਕਸਾਨ ਨਾ ਹੋਵੇ। ਕੀ ਬੱਚਾ ਕਿੱਧਰ ਕਰਨਾ ਆ? ਬੱਚਾ ਜੀ ਖੇਡ ਰਹੇ ਸੀ, ਬੱਚੇ ਬਾਲ ਡਿੱਗੀ, ਇੱਧਰ ਬੱਚਾ ਲੈਣ ਆਇਆ ਸੀਗਾ ਉਹ, ਔਰ ਤੁਸੀਂ ਆਪ ਹੀ ਦੇਖ ਲਓ, ਚਲੋ ਬੱਚੇ ਜੇ ਅੱਗੇ ਕੋਈ ਓਪਨ ਜਗ੍ਹਾ ਹੋਏਗੀ ਤੇ ਬੱਚਾ ਉੱਥੇ ਖੇਡੇਗਾ, ਚਲੋ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀਗੇ, ਉਹ ਬਾਲ ਆ ਗਈ ਇੱਧਰ, ਬੱਚਾ ਇੱਧਰੋਂ ਬਾਲ ਲੈਣ ਆਇਆ ਔਰ ਉਹਦਾ ਪੈਰ ਤਿਲਕਿਆ ਉਹ ਵਿੱਚ ਜਾ ਪਿਆ, ਉਹਨੂੰ ਕੱਢਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਪਰ ਉਹ ਬੱਚਾ ਉਹਨੇ ਨੂੰ ਥੱਲੇ ਜਾ ਚੁੱਕਿਆ ਸੀ, ਇਹ ਘੱਟੋ ਘੱਟ 20-25 ਫੁੱਟ ਥੱਲੇ, ਹੋਰ ਨੀਵਾਂ, ਜਿੰਨੇ ਨੀਵੇਂ ਆਪਾਂ ਖੜੇ ਇਸ ਤੋਂ ਵੀ ਥੱਲੇ ਹੋਰ ਨੀਵਾਂ, ਖੁੱਲਾ ਪਿਆ ਬਿਲਕੁਲ, ਬਿਲਕੁਲ ਖੁੱਲਾ ਪਿਆ ਜੀ, ਬਿਲਕੁਲ ਓਪਨ, ਕੁਛ ਨੀ ਜੀ ਹੈਗਾ ਜੀ, ਕੋਈ ਚਾਰ ਦੀਵਾਰੀ ਨਹੀਂ, ਕੋਈ ਕੁਛ ਨਹੀਂ ਹੈਗਾ, ਬਿਲਕੁਲ ਓਪਨ ਪਿਆ, ਇਹਦਾ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ, ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ। ਬੱਚਾ ਜੀ ਘੱਟੋ ਘੱਟ 10 ਤੋਂ 15 ਮਿੰਟ ਪਿਆ ਰਿਹਾ ਅੰਦਰ, ਤੇ ਬਹੁਤ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਅਸੀਂ ਵਿੱਚੋਂ ਲੱਭਿਆ, ਫਿਰ ਉਹਨੂੰ ਕੱਢਿਆ, ਉਹ ਉਨੀ ਦੇਰ ਨੂੰ ਉਹਦੀ ਡੈਥ ਹੋ ਚੁੱਕੀ ਸੀ ਬੱਚੇ ਦੀ, ਬਹੁਤ ਜ਼ਿਆਦਾ। ਇਹ ਪੰਚਾਇਤ ਦੀ ਕਮੀ ਹੈ ਜੀ, ਜੇ ਇਸ ਨੂੰ ਛੱਪੜ ਨੂੰ ਬਣਾਇਆ ਗਿਆ ਸੀ, ਇਹਨੂੰ ਘਰ ਤੋਂ ਬੜੇ ਦੂਰ ਬਣਾ ਦੇ, ਜਿਹੜੀ ਪੰਚਾਇਤੀ ਜਗ੍ਹਾ ਉੱਥੇ ਬਣਾਉਣ, ਇਹਨੂੰ ਬਿਲਕੁਲ ਘਰਾਂ ਦੇ ਬਿਲਕੁਲ ਸਾਹਮਣੇ, ਇਹ ਚੀਜ਼ ਕਿਸੇ ਵੀ ਪਿੰਡ ਦੇ ਵਿੱਚ ਵੇਖ ਲਓ, ਇਹ ਚੀਜ਼ ਨਹੀਂ ਹੈਗੀ, ਉਹ ਸਾਈਡ ਤੇ ਆ, ਕੁਛ ਨੀ ਕੀਤਾ ਜੀ, ਕੁਛ ਨੀ ਕੀਤਾ, ਕੁਛ ਨੀ ਜੀ, ਕੁਛ ਨੀ। ਜੇ ਹੁਣ ਅਸੀਂ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚ ਏ, ਉਹਨੂੰ ਵੀ ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਜੀ ਇਹ ਅਜੇ ਪੈਸੇ ਨੀ ਆਏ ਪੰਚਾਇਤ ਮਨੋ, ਜੇ ਪੈਸਾ ਆਏਗਾ ਸਰਕਾਰ ਮਨੋ ਤੇ ਅਸੀਂ ਇਹਦਾ ਕੰਮ ਕਰਾਵਾਂਗੇ, ਜੇ ਅੱਜ ਇਸ ਬੱਚੇ ਨੇ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋ ਜਾਏਗਾ, ਫਿਰ ਦੱਸੋ ਕੌਣ ਇਹਦਾ ਜ਼ਿੰਮੇਵਾਰ ਹੈ ਜੀ। ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ, ਕੱਲ ਤੋਂ ਕਿਸੇ ਹੋਰ ਦਾ ਨੁਕਸਾਨ ਵੀ ਨਾ ਹੋਵੇ, ਜੋ ਸਾਡੇ ਨਾਲ ਹੋ ਗਈ ਇਹ ਕਿਸੇ ਹੋਰ ਨਾਲ ਨਾ ਹੋਵੇ। ਪਿੱਛੇ ਕਈ ਘਟਨਾ ਆਈਆਂ ਸੀ ਜਿਹੜੇ ਬੋਰਵੈਲ ਖੁੱਲੇ, ਹਾਈ ਕੋਰਟ ਨੇ ਵੀ ਅਦਾਲਤਾਂ ਦਿੱਤੀਆਂ ਹੈਗੀਆਂ। ਹਾਂਜੀ, ਇਹ ਬਸ ਟੀਚਰ ਹੀ ਸਮਝਦੇ ਪਏ ਨੇ ਜੀ, ਆ ਦੇਖ ਲਓ ਤੁਸੀਂ ਕਿੰਨੇ ਨੁਕਸਾਨ ਹੋ ਰਹੇ ਨੇ, ਪਰ ਪ੍ਰਸ਼ਾਸਨ ਦੀ ਕੋਈ ਦੇਖ ਚ ਨਹੀਂ ਹੈਗਾ, ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਜੀ, ਪਰ ਅਸੀਂ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਹਾਂ ਵੀ ਸਾਨੂੰ
ਇਹਦਾ ਇਨਸਾਫ ਚਾਹੀਦਾ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਇਹ ਛੱਪੜ ਕਿਸੇ ਸਾਈਡ ਤੇ ਪੰਚਾਇਤੀ ਜਗ੍ਹਾ ਦੇ ਵਿੱਚ ਬਣਾਇਆ ਜਾਵੇ ਜਾਂ ਇਹਦੀ ਕੋਈ ਕਵਰ ਕੀਤਾ ਜਾਵੇ, ਇਹਨੂੰ ਦੁਬਾਰਾ ਕੀਤੀਆਂ ਜਾਣ, ਜੇ ਦੁਬਾਰਾ ਹੋਈਆਂ ਹੁੰਦੀਆਂ ਤੇ ਇਹ ਨੁਕਸਾਨ ਨਹੀਂ ਸੀ ਹੋਣਾ। ਮੇਰਾ ਨਾਮ ਚੰਦ ਹੈ ਜੀ। ਚੰਦ ਕਿੱਥੋਂ ਦਾ ਰਹਿਣ ਵਾਲਾ ਹੈ? ਇੱਥੋਂ ਦਾ ਜੀ, ਮੇਰਾ ਭਤੀਜਾ ਹੈ ਜੀ, ਹਾਜੀ ਛਿੰਬਾ, ਹਾਜੀ ਛਿੰਬਾ ਦੇ ਵਿੱਚ। ਕਿੰਨੀ ਉਮਰ ਸੀ? 10 ਸਾਲ ਦੀ ਉਮਰ ਸੀ ਜੀ ਉਹਦੀ। ਮੈਨੂੰ ਬੱਚਿਆਂ ਨੇ ਆਣ ਕੇ ਕਿਹਾ ਵੀ ਵਿਸ਼ੂ, ਮੈਨੂੰ ਆਣ ਕੇ ਕਿਹਾ ਵੀ ਡੈਡੀ ਵੀ ਵਿਸ਼ੂ ਡੁੱਬ ਗਿਆ। ਮੈਂ ਕੋਈ ਲੀੜਾ ਨਹੀਂ ਲਾਇਆ, ਕੋਈ ਲੱਤਾਂ ਨਹੀਂ ਲਾਇਆ, ਮੈਂ ਉੱਥੋਂ ਛਾਲ ਮਾਰੀ ਹੈ, ਉੱਥੋਂ ਛਾਲ ਮਾਰ ਕੇ ਸਿੱਧੀ ਮੈਂ ਟੋਏ 'ਚ ਛਾਲ ਮਾਰੀ ਹੈ ਅਤੇ ਮੈਨੂੰ ਨਹੀਂ ਲੱਭਾ। ਮੈਂ 10-15 ਮਿੰਟ ਮੈਂ ਵੀ ਇਹਦੇ ਵਿੱਚ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ। ਕਿੰਨਾ ਕੁ ਡੂੰਘਾ ਹੈ ਟੋਇਆ? ਇਹ ਘੱਟ ਤੋਂ ਘੱਟ ਵੀ 20-25 ਫੁੱਟ ਡੂੰਘਾ ਹੈ ਇਹ ਟੋਇਆ ਜੀ। ਇਹ ਹੈ ਜੀ ਛੱਪੜ ਬਣ ਰਿਹਾ? ਹਾਂਜੀ ਛੱਪੜ ਹੈ ਜੀ, ਨਾ ਕੋਈ ਦੀ ਚਾਰ ਦੁਆਰੀ ਹੈ ਕੀਤੀ ਗਈ, ਨਾ ਕੁਛ ਕੀਤਾ ਗਿਆ, ਓਪਨ ਹੀ ਪਿਆ ਜੀ। ਲੱਭਣ ਵਾਲਿਆਂ ਨੂੰ ਵੀ ਅਸੀਂ ਪੌੜੀਆਂ ਨਾਲ ਕੱਢਿਆ ਬਾਹਰ? ਬਿਲਕੁਲ ਜੀ, ਮੇਰੇ ਘਰ ਦੇ ਸਾਹਮਣੇ ਸਾਡੇ ਜੀ। ਜੇ ਅੱਜ ਤਾਂ ਸਾਡੇ ਨਾਲ ਬਣੀ, ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ। ਬੱਚਾ ਜੀ ਇੱਥੇ ਗਾਵਾਂ ਵੀ ਡਿੱਗੀਆਂ ਬਹੁਤ, ਕਦੇ ਕਦੇ ਖੇਡ ਰਿਹਾ ਸੀ, ਬੱਚੇ ਖੇਡ ਰਹੇ ਸੀ, ਬੋਲ ਆ ਗਈ, ਬੋਲ ਆ ਗਈ ਸੀ ਅਤੇ ਫੜਨ ਗਿਆ ਅਤੇ ਪੈਰ ਤਿਲਕ ਗਿਆ ਜੀ ਅਤੇ ਡਿੱਗ ਪਿਆ ਜੀ, ਮੌਤ ਹੋ ਗਈ ਹੈ। ਮੈਂ 10-15 ਮਿੰਟ ਤਾਂ ਮੈਂ ਵਿੱਚ ਲੱਭਦਾ ਰਿਹਾ, ਮੈਨੂੰ ਨਹੀਂ ਲੱਭਾ। ਫਿਰ ਅਸੀਂ ਵਾਹਵਾ ਜਣੇ ਆਏ ਪਿੰਡ ਦੇ, ਅਸੀਂ ਕੁਛ ਲਿਆਂਦਾ, ਕਿਸੇ ਨੇ ਕਿਵੇਂ ਡੁੱਬ ਡੁੱਬ ਕੇ ਅਸੀਂ ਕੁੰਡੀਆਂ ਪਾ ਕੇ ਫਿਰ ਕੱਢਿਆ ਜੀ। ਉਹਦੀ ਟੀ ਸ਼ਰਟ ਨੂੰ ਕੁੰਡੀ ਪਈ ਹੈ ਜੀ ਅਤੇ ਤਾਂ ਕਰਕੇ ਬੱਚਾ ਸਾਨੂੰ ਲੱਭ ਗਿਆ ਅਤੇ ਉਹਨੇ ਚਿਕਰ ਨੂੰ ਇਹਦੀ ਮੌਤ ਹੋ ਚੁੱਕੀ ਸੀ। ਸਾਡੀ ਤਾਂ ਇਹ ਕਾਰਵਾਈ ਹੈ ਵੀ ਇਹਨੂੰ ਜੀ ਪੰਚਾਇਤੀ ਥਾਂ ਦੇ ਵਿੱਚ ਬਣਾਇਆ ਜਾਏ, ਜਾਂ ਚਾਰ ਦੁਆਰੀ ਹੋ ਜਾਏ, ਉੱਤੇ ਕੁਛ ਨਾ ਕੁਛ ਦਿੱਤਾ ਜਾਏ। ਪਰ ਸਭ ਤੋਂ ਜ਼ਿਆਦਾ ਸਾਡੀ ਮੰਗ ਇਹੀ ਹੈ ਵੀ ਇਹਨੂੰ ਪੰਚਾਇਤੀ ਮੇਰਾ ਨਾਂ ਪਰਮਜੀਤ ਹੈ, ਬੇਟਾ ਹੈ ਮੇਰਾ, ਕੱਲੀ ਆ ਮੈਂ, ਕੱਲੀ ਇੱਕ ਕੱਲੀ ਭੈਣ ਤੇ ਦੋ ਭਰਾ ਨੇ। ਹਾਂਜੀ ਇਹ ਵੱਡਾ ਸੀਗਾ, ਇਹ ਖੇਡਦੇ ਪਏ ਸੀਗੇ ਬੱਚੇ, ਤੋ ਬਾਲ ਡਿੱਗ ਗਈ ਵਿੱਚ, ਤੋ ਫੜਨ ਗਿਆ, ਪੈਰ ਫਿਸਲ ਗਿਆ, ਡਿੱਗ ਗਿਆ ਵਿੱਚ, ਇੱਥੇ ਟੋਏ ਚ ਡਿੱਗਾ ਏ। ਹਾਂਜੀ ਛੱਪੜ ਚ। ਹਾਂਜੀ ਉੱਥੇ ਤੁਹਾਨੂੰ ਪਤਾ ਲੱਗਿਆ ਬਾਅਦ ਦੇਖ ਤੋ ਜੀ ਬਾਅਦ ਚ ਕੱਢਦਿਆ ਸਾਰਿਆਂ ਦੀ ਡੈਥ ਹੋ ਗਈ ਏ। ਕਾਰਵਾਈ ਮੇਰਾ ਟੋਇਆ ਸਾਹਮਣੇ ਚੱਕਿਆ ਜਾਵੇ ਇੱਥੋਂ, ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ, ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ, ਇੱਥੋਂ ਟੋਇਆ ਚੱਕਿਆ ਜਾਵੇ, ਮੇਰੇ ਬੱਚੇ ਦੀ ਇੱਥੇ ਮੌਤ ਹੋਈ ਏ, ਇੱਥੇ ਟੋਇਆ ਨਹੀਂ ਰਹਿਣਾ ਚਾਹੀਦਾ, ਖੱਡੇ ਬਣਾ ਦੇ, ਛੱਪੜ ਬਣਦਾ ਹੀ ਨਹੀਂ, ਇਹ ਚਾਹੀਦਾ ਏ। ਮੇਰਾ ਨਾਮ ਆਇਆ, ਮੇਰਾ ਪੋਤਰਾ ਵੱਡੇ ਦਾ, ਜੇਠ ਦਾ ਪੋਤਰਾ, ਡੈਥ ਹੋਈ ਵੀ ਐਵੇਂ ਬੱਚੇ ਖੇਡਦੇ ਫਿਰਦੇ ਤੇ ਸਾਰਿਆਂ ਦੇ ਬੱਚੇ ਅੰਦਰ ਆ ਗਏ ਤੇ ਇਹ 2-3 ਜਣੇ ਸੀ, ਇਹ ਗੇਂਦ ਖੇਡਦੇ ਖੇਡਦੇ ਉਧਰ ਭੱਜ ਗਏ। ਪਹਿਲਾਂ ਕੋਠਿਆ ਤੋਂ ਅਸੀਂ ਵਿਤਾਰੇ ਕੋਠੇ ਤੇ ਸੀ, ਮੇਰੇ ਪੋਤਰੇ ਵੀ ਸੀ, ਇਹ ਵੀ ਸੀ ਤੇ ਉਹ ਵਹੁਟੀਆਂ ਦੀ ਮੈਂ ਪੜ੍ਹਾਉਣਾ, ਮੰਮੀ ਇਹਨਾਂ ਨੂੰ ਲਿਆ ਵਿਤਾਰ ਕੇ, ਮੈਂ ਤਾਂ ਉਹਨਾਂ ਨੂੰ ਅੰਦਰ ਪਾ ਕੇ ਕੁੰਡਾ ਨਾ ਆਈ, ਉਹਨੂੰ ਆਵਾਜ਼ ਦਿੱਤੀ, ਕਹਿੰਦੀ ਤਾਈ ਇਹ ਉਤਰਦੇ ਨਹੀਂ ਪਏ। ਮੈਂ ਆਵਾਜ਼ ਦਿੱਤੀ ਵੀ ਛੁਰੀ ਨਹੀਂ ਆਉਂਦੇ, ਇਹਨਾਂ ਨੂੰ ਲੈ ਜਾਓ। ਨਿੱਕਾ ਆ ਗਿਆ, ਇਹ 2-3 ਜਣੇ ਉੱਤੇ ਰਹਿ, ਅਸੀਂ ਗੇਟ ਲਾ ਲਿਆ, ਇਹਨਾਂ ਵੀ ਇਹ ਮੁੰਡਾ ਵੱਡਾ, ਇਹਨਾਂ ਦਾ ਚਾਹ ਪੀਣ ਲੱਗ ਪਿਆ ਬੱਚੇ ਸਾਰੇ ਇੱਥੇ, ਉਹ ਨਿੱਕਾ ਵੀ, ਇਹ 3-4 ਜਣੇ, ਸਾਨੂੰ ਪਤਾ ਨਹੀਂ ਲੱਗਾ ਵੀ ਕਦੋਂ ਇਹ ਪਰਾਂ ਭਾਰਤ ਗਏ ਤੇ ਗੇਂਦ ਲੰਘਾਇਆ ਚਾਹੀ, ਬਸ ਗੇਂਦ ਫੜਦਾ ਫੜਦਾ ਹੀ ਥੱਲੇ ਜਾ ਪਿਆ ਤੇ ਕਿਸੇ ਨੇ, ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਦੇ, ਉਹ ਕੋਈ ਸੋਟੀ ਫੜਾਵੇ, ਕੋਈ ਰੱਸੀ ਸੱਟੇ, ਕੋਈ ਝਾੜੂ ਸੱਟੇ, ਇਹਨੂੰ ਹੱਥ ਪਾ ਤੇ ਇਹਨੂੰ ਖਿੱਚਣੇ ਹੱਥ ਪਾ, ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਦਾ। ਫਿਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ, ਕੁੰਡੀਆਂ ਨਾਲ ਬੱਚਾ ਕੱਢਿਆ, ਕੁੰਡੀ ਨਾੜਿਆ, ਪੌੜੀਆਂ ਸੱਟੀਆਂ,
ਇਹਨੇ ਵੀ ਛਾਲ ਮਾਰੀ, ਮੇਰਾ ਜੇਠ ਉਹਦੇ ਵੱਡਾ ਉਹ ਪੂਰੇ ਹੋ ਗਏ ਨੇ, ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ। ਹਾਂ ਉਹ ਵੀ ਏਡਾ ਹੀ ਹੈ, ਮੇਰਾ ਪੋਤਰ ਇੱਥੇ ਕਿਤੇ ਹੋਵੇ ਦਾ, ਉਹ ਵੀ ਡੁੱਬ ਗਿਆ, ਉਹ ਵੀ ਡੁੱਬ ਗਿਆ। ਫਿਰ ਅਸੀਂ ਉਹਨੂੰ ਵੀ ਆਖਿਆ ਵੀ ਇਹਨੂੰ ਬਚਾ ਦੇ ਬਚਾ ਦੇ, ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕੱਦ ਦੇ ਹੁੰਦਾ, ਉਹ ਵਿੱਚ ਵੜਿਆ, ਉਹ ਵੀ ਥੱਲੇ ਆਉਂਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ, ਮੈਂ ਉੱਤੇ ਰੌਲਾ ਪਾਵਾਂ, ਟੋਬੇ ਬੁਲਾਓ, ਕਿਸੇ ਤਾਰੂ ਬੰਦੇ ਨੂੰ ਬੁਲਾਓ। ਉਹ ਮੁੰਡੇ ਨੇ ਮੁੜ ਕੇ ਜ਼ਿਮੀਂਦਾਰਾਂ ਸਾਡਾ ਗੁਆਂਢੀ, ਉਹਨਾਂ ਨੇ ਫਿਰ ਪੌੜੀਆਂ ਲਿਆਂਦੀਆਂ, ਕੁੰਡੀ ਲਿਆਂਦੀ, ਰੱਸੇ ਨਾਲ ਬੱਧੀ, ਫਿਰ ਉਹ ਜਾ ਕੇ ਮੁੰਡੇ ਨੂੰ ਪਈ ਟੀ ਸ਼ਰਟਾਂ 3-4 ਪਾਈਆਂ ਨੇ, ਉਹ ਕੁੰਡੀ ਪਾਈ, ਮੂਧਾ ਜਿਵੇਂ ਪਿਆ ਉਵੇਂ ਕੁੰਡੀ ਪਾਈ ਤੇ ਉਵੇਂ ਹੀ ਖਿੱਚ ਲਿਆ। ਇਹ ਸਾਡੇ ਨਾਲ ਧੱਕਾ ਹੈ, ਅੱਜ ਦਾ ਨੀ ਟੋਇਆ ਤਾਂ ਦੂਰੀ ਮਾਰ ਖੱਡਿਆ ਗਿਆ। ਜਦੋਂ ਪਹਿਲੋਂ ਵੇਖਾ ਸੀ ਨਾ ਟੋਇਆ, ਅਸੀਂ ਉਹ ਤੋਂ ਵੀ ਬੜਾ ਰੌਲਾ ਪਾਇਆ ਵੀ ਸਾਡੇ ਬੂਹੇ ਕੇ ਟੋਇਆ ਨਹੀਂ ਬਣਨਾ ਚਾਹੀਦਾ। ਪੰਚਾਇਤ ਦੀ ਪੈੜੀ ਪਿੰਡ 'ਚ ਬਹੁਤ ਪਈ, ਬਹੁਤ ਪਈ, ਇਹ ਟੋਏ ਜੋ ਕਿ ਕਿਤੇ ਪੰਚਾਇਤ ਦੀ ਪੈੜੀ 'ਚ ਬਣਾ ਦਿਓ। ਇਹਨੇ ਵੱਟਾ ਸੌਦਾ ਕਰਕੇ ਜ਼ਿਮੀਂਦਾਰ ਨੇ ਸਾਡੇ ਨਾਲ ਅੱਗੇ ਵੀ ਧੱਕਾ ਕੀਤਾ, ਹੁਣ ਵੀ ਧੱਕਾ ਕੀਤਾ। ਫਿਰ ਅਸੀਂ ਸਰਪੰਚ ਨੂੰ ਇਹ ਗੱਲ ਆਖੀ, ਜੇ ਤੁਸੀਂ ਘੜਾ ਰਹਿ ਜਾਣਾ ਤਾਂ ਮੈਂ ਨਾਲ ਦੀ ਨਾਲ 4 ਦੀਵਾਰੀ ਕਰ ਦਿਓ। ਸਰਪੰਚ ਨੇ ਇਹ ਗੱਲ ਆਖੀ ਮੇਰੇ ਵੱਡੇ ਬੇਟੇ ਨੂੰ, ਬਲਵਿੰਦਰ ਦਾ ਨਾਂ, ਮੇਰੇ ਨਾ ਭਰਾ ਦਾ ਹੀ ਲੱਤ ਖਲੋ ਗਈ ਫਰੀਦਕੋਟ ਦਾ ਹਾਲੇ, ਤੇ ਮੈਂ ਬਲਵਿੰਦਰ ਉੱਥੋਂ ਘਰੇ ਲੈ ਕੇ ਆ ਕੇ ਨਾ ਮੈਂ ਤੁਹਾਡੇ 4 ਦੀਵਾਰੀ ਕਰਾਂ। ਜੂ ਟੋਇਆ ਨਿਕਲਿਆ 1.5-2 ਮਹੀਨਿਆਂ ਨੂੰ ਗੱਲ ਹੋ ਗਈ, ਸਰਪੰਚ ਨੇ ਪੈਰ ਨਹੀਂ ਪਾਇਆ ਨਾ ਉਵੇਂ ਹੀ। ਜੇ ਅਸੀਂ ਉਹਨੂੰ 4 ਦੀਵਾਰੀਆਂ ਦਾ ਮਕਰਨਾ ਕਰਨਾ ਤੇ ਬਸ ਆਇਆ ਹੀ ਨਹੀਂ, ਲਾਪਰਵਾਹੀ। ਇਹ ਬੰਦੇ ਨੇ ਵੀ ਲਾਪਰਵਾਹ ਕੀਤੀ, ਜਿਹਦੀ ਕੋਠੀ ਇਹਨੇ ਵੀ ਲਾਪਰਵਾਹੀ ਕੀਤੀ। ਕੱਲ ਆਇਆ ਸਾਡਾ ਵੀ ਬੱਚਾ, ਤੇਰਾ ਵੀ ਬੱਚਾ, ਨਿਸ਼ਾਨ ਬੱਚੇ ਸਭ ਦੇ ਸਾਂਝੇ ਦੇ ਨੇ, ਕੋਈ ਸਾਡੇ ਤੋਂ ਆ ਕੇ ਪੁੱਛ ਦੱਸ ਵੀ ਭਾਈ ਕੀ ਕਰਨਾ ਕੀ ਨਹੀਂ ਕਰਨਾ। ਆਈ ਉਹਨੇ ਹੱਥ ਰੱਖੇ ਝਟਕ ਵੇਖ ਕੇ ਗਿਆ, ਚਲ ਸਵੇਰ ਦਾ ਕਿੱਥੇ ਦੇਣ ਆ ਗਿਆ ਨਾ ਉਹਦਾ ਮੁੰਡਾ, ਉਦੋਂ ਮੋਹਤਬਾਰ ਮੁੰਡਾ ਵੀ ਸੀ ਅੱਗੇ ਕਢਾਵਣ ਤੇ, ਤੇ ਸਰਪੰਚ ਵੀ ਤੇ ਆਪ ਵੀ ਭਰ ਭਰ ਕਹਿਣ, ਕਦੇ ਸਰਪੰਚ ਪਾਵੇ ਕਦੇ ਇਹ ਪਾਵਣਾ। 4 ਦਿਨ ਇੱਥੇ ਚੱਲਦੀ ਰਹੀ ਮਸ਼ੀਨ, ਅਸੀਂ ਆਖਿਆ ਥੋੜਾ ਥੋੜਾ ਕੱਢ ਦਿਓ ਗੱਬ ਗੁੱਬ, ਜ਼ਿਆਦਾ ਡੂੰਘਾ ਨਾ ਕਰੋ। ਜਦੋਂ ਤੁਹਾਡੇ ਕੋਲ 4 ਦੀਵਾਰੀ ਜੇ ਕੋਈ ਨਵਾਂ ਸਰਪੰਚ ਬਣ, ਤੇਰੇ ਕੋਲ ਨਹੀਂ ਗਰਾਂਢ ਹੈਗੀ, ਉਦੋਂ ਪੱਟਿਆ ਜੀ, ਨਾ ਪੱਟੋ। ਅਸੀਂ ਪਹਿਲੀ ਗੱਲ ਤਾਂ ਇਹਨੂੰ ਅਸੀਂ ਦੂਰ ਹੋ ਜਾਵੇ, ਨਵਾਂ ਸਰਪੰਚ ਬਣੇ ਦਾ ਅਸੀਂ ਦੂਰ ਹੀ ਕਰਾਂਗੇ। ਕਿੰਨੀ ਦੇਰ ਹੋ ਗਈ ਟੋਇਆ ਪੱਟੇ ਨੂੰ? ਇਹਨੂੰ 1.5 ਮਹੀਨੇ ਦੇ ਲਗਭਗ ਹੋਇਆ ਪਿਆ। 1.5 ਮਹੀਨੇ ਸਰਕਾਰਾਂ ਨੇ ਵੈਸੇ ਬੰਦ ਕੀਤੇ ਨੇ ਨਵੇਂ ਕੰਮ ਦਾ। ਉਹ ਆਂਦਾ ਹੀ ਮੇਰੇ ਕੋਲ ਗ੍ਰਾਂਟ ਪਈ ਏ, ਮੈਂ ਕੰਧ ਕਰ ਦਿਆਂ ਦਾ, ਮੇਰੇ ਕੋਲ ਹੈਗੀ ਏ। ਉਹਦਾ ਇਹ ਇਰਾਦਾ ਵੀ ਮੈਨੂੰ ਤੁਸੀਂ ਵੋਟਾਂ ਪਾਓ ਤੇ ਮੈਂ ਤੁਹਾਡੀ 4 ਦੀਵਾਰੀ ਕਰਦਾ, ਵੀ ਵੋਟਾਂ ਮਾਰਾ ਸਾਨੂੰ ਉਹ ਹਾਂ ਕਰਦਾ ਸੀ ਵੀ ਮੈਂ ਆਪਦੀਆਂ ਵੋਟਾਂ ਪੱਕੀਆਂ ਕਰਾਂ। ਅਸੀਂ ਵੀ ਆਖਿਆ ਚਲੋ ਜੇ ਸਾਡਾ ਕੋਈ ਸਵਾਰ ਦੇਦਾ ਤੇ ਚਲੋ ਠੀਕ ਹੈ, ਵੀ ਅਸੀਂ ਵੋਟ ਪਾਵੀ ਪਾ ਦਿੰਦੇ ਇਹਨੂੰ। ਸਾਡੇ ਪਿੰਡ ਸਰਪੰਚੀ ਨਹੀਂ ਅਮਲ ਦਿੰਦੇ, ਹੋਰ ਕੀ ਮੰਗਦੇ? ਸਾਡੀ ਮੰਗ ਇਹ ਵੀ ਇਹ ਟੋਇਆ ਪੰਚਾਇਤ ਵਾਲੀ ਪੈੜੀ 'ਚ ਹੋ ਜਾਵੇ, ਟੋਇਆ ਉੱਥੋਂ ਚੱਕਿਆ ਜਾਵੇ। ਸਾਡੇ ਸਾਰਿਆਂ ਦੇ ਬੱਚੇ ਨਿੱਕੇ ਨਿੱਕੇ, ਸਾਡੇ ਪੋਤਰੇ, ਅਸੀਂ 8-10 ਘਰ ਹਾਂ, ਸਾਰਿਆਂ ਦੇ ਏਡੇ ਏਡੇ। ਮੇਰਾ ਨਾਮ ਜਗਦੀਸ਼, ਹਾਜੀ ਸੀ ਮੇਰਾ ਜੀ, ਤੁਹਾਡਾ ਬੇਟਾ ਸੀ? ਹਾਂਜੀ, 10 ਸਾਲ ਦੀ ਉਮਰ ਸੀ। ਕਿੰਨੀ ਕਲਾਸ ਪੜ੍ਹਦਾ ਹੈ? 4th ਕਲਾਸ 'ਚ ਪੜ੍ਹਦਾ ਹੈ ਜੀ। ਹਾਂਜੀ, ਲੋਕਡਾਊਨ ਕਰਕੇ ਮਿਸ ਹੋ ਗਈਆਂ, ਬਾਕੀ 4th 'ਚ ਪੜ੍ਹਦਾ ਸੀ। ਖੇਡਦਾ ਪਿਆ? ਹਾਂਜੀ, ਖੇਡਦਾ ਪਿਆ ਜੀ, ਖੇਡਦਾ ਖੇਡਦਾ ਬਾਲ ਫੜਨ ਲੱਗ ਪਏ। ਮਿੱਟੀ ਦਾ ਢੇਰ ਲੱਗਿਆ ਪਿਆ, ਬੱਚਾ ਕਿੱਥੇ ਖੇਡਦਾ? ਡਿੱਗ ਪਿਆ ਜੀ। ਮੇਰੀ ਤਾਂ ਇਹੀ ਮੰਗ ਹੈ ਜੀ, ਮੇਰੇ ਬੇਟੇ ਦੀ ਡੈਥ ਹੋਈ ਹੈ ਇਸ ਛੱਪੜ ਦੇ, ਹੋਰ ਕਿਸੇ ਦੀ ਨਾ ਹੋਵੇ। ਇਹ ਛੱਪੜ ਵੀ ਦੂਰ ਚਲਾ, ਮੈਂ ਸਰਪੰਚ ਨੂੰ ਵੀ ਇਹ ਗੱਲ ਆਖੀ, ਭਾਅ ਜੀ 4 ਦੀਵਾਰੀ ਕਰ ਦਿਓ। ਸਰਪੰਚ ਕਹਿੰਦਾ ਮੈਂ 4 ਦੀਵਾਰੀ ਕਰਾ ਦਾਂਗਾ, ਕਢਾਉਂਦਾ ਨਾਲ ਹੀ ਕਢਾ ਦਾਂਗਾ। ਸਵੇਰ ਦਾ ਸਰਪੰਚ ਆ ਨਹੀਂ ਵੜਿਆ, ਖੁੱਲਾ ਛੱਪੜ ਪਿਆ ਜੀ ਸਰਪੰਚ ਨੂੰ। ਕੱਲ ਦਾ ਫੋਨ ਲਾਈ ਇਹਨਾਂ, ਸਾਡਾ ਫੋਨ ਹੀ ਨਹੀਂ ਚੱਕਿਆ ਸਰਪੰਚ ਨੇ ਸਾਡਾ। ਕੱਲ ਦਾ ਨਾ ਸਰਪੰਚ ਆ ਕੇ ਵੇਖਿਆ ਕਿਸੇ ਨੇ ਛੱਪੜ ਨੇ, ਨਾ ਮੇਰੇ ਬੱਚੇ ਦੀ ਲਾਸ਼ ਤੱਕ ਨਹੀਂ ਕਿਸੇ ਸਰਪੰਚ ਨੇ ਵੇਖੀ, ਆ ਕੇ ਜੀਂਦਾ ਜ ਮਰ ਗਿਆ। ਬਾਹਰ ਨਿਕਲਣਾ ਸਾਹਮਣੇ ਮੈਨੂੰ ਬੂਹੇ ਅੱਗੇ ਬੇਟਾ ਮੈਨੂੰ ਦੇਖਦਾ ਵੀ ਡਿੱਗਦਾ ਪਿਆ। ਮੇਰੀ ਇਹੀ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਭਾਜੀ। ਹੋਰ ਜੋ ਇਹਨਾਂ ਖੱਡ ਦੇ ਵਿੱਚ ਡੁੱਬ ਕੇ ਮਰਿਆ ਬੇਟਾ, ਉਹਦੀ ਜੋ ਵੀ ਕਾਰਵਾਈ ਬਣੇਗੀ ਅਸੀਂ ਕਰਾਂਗੇ। ਕੀ ਕਹਿ ਰਿਹਾ ਪਰਿਵਾਰ? ਪਰਿਵਾਰ ਕਹਿੰਦੇ ਵੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਹਾਂ।
ਹਾਂਜੀ ਡਿੱਗਿਆ ਕਿੱਥੇ ਬੱਚਾ? ਡਿੱਗ ਅੱਗੇ ਇੱਕ ਛੱਪੜ ਬਣਾਇਆ ਇਹਨਾਂ ਨੇ, ਉਹਦੇ ਵਿੱਚ ਡਿੱਗਾ। ਛੱਪੜ ਕਿੰਨਾ ਦਾ? ਛੱਪੜ ਸਰਪੰਚ ਤੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ, ਤੇ ਇੱਕ ਪ੍ਰਦੀਪ ਸਿੰਘ ਹੈਗਾ। ਬੱਚਾ ਕਿੰਨੀ ਉਮਰ ਦਾ? ਕਿੰਨੇ ਸਾਲ ਦਾ? 10 ਸਾਲ ਦਾ। 10 ਸਾਲ ਦਾ, ਹਾਂਜੀ। ਬਹੁਤ ਹੋ ਗਈ। ਹਾਂਜੀ, ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬਣਦੀ ਉਹ ਕਰਾਂਗੇ ਜੀ। ਕੀ ਨਾਮ ਤੁਹਾਡਾ? ਤਲਾਕ ਕੇਸ, ਵਿਦੇਸ਼ ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰਹਿਮਤ ਜੀ 98721-68593।